ਮੇਰੀਆਂ ਭੈਣੋ ਅਸੀਂ ਆ ਚੁੱਕੇ ਹਾਂ ਲੇਕ ਸ਼ੋਰ। ਬਹੁਤ ਠੰਡ ਹੈ ਤੇ ਮੈਨੂੰ ਮੇਰੀ ਦੀਦੀ ਜੀ ਕਹਿੰਦੇ ਕੋਟ ਲੈ ਲਓ ਚੁੱਪ ਚਾਪ। ਹੁਣ ਅਸੀਂ ਚੁੱਪ ਚਾਪ ਕੋਟ ਚੱਕ ਲਿਆ ਵਾ। ਇਹ ਮੇਰੀ ਦੀਦੀ ਜੀ ਨੇ ਜਿਹੜੇ ਆ ਤੁਸੀਂ ਫਿਰਦੇ ਹੋ ਨਾ ਲਾਲ ਝੰਡੇ ਪਿੱਛੇ, ਆ ਲਾਲ ਝੰਡੇ ਚ ਲਾਲ ਪੱਤਾ ਇੱਥੋਂ ਹੀ ਆਇਆ ਵਾ। ਇਸ ਲਾਲ ਪੱਤੇ ਨੇ ਸਾਰੇ ਪਵਾੜੇ ਪਾਏ ਹੋਏ ਨੇ। ਅੱਧੇ ਸਟੂਡੈਂਟਾਂ ਦੀ ਜ਼ਿੰਦਗੀ ਇਹਨੇ ਖਰਾਬ ਕਰਤੀ। ਇਹਨਾਂ ਨੇ ਲਾਲ ਪੱਤੇ ਨਹੀਂ ਵੇਖੇ, ਹਰੇ ਨਹੀਂ ਵੇਖੇ, ਪੀਲੇ ਨਹੀਂ ਵੇਖੇ, ਔਰੇਂਜ ਨਹੀਂ ਵੇਖੇ। ਉਹ ਲੇਕ ਸ਼ੋਰ ਤੇ ਆ ਕੇ ਜਾਇਓ। ਤੇ ਜਿਨ੍ਹਾਂ ਨੇ ਫਿਰ ਆ ਪੱਤੇ ਵੇਖਣ ਦਾ ਮਨ ਬਣਾ ਲਿਆ, ਪਹਿਲਾਂ ਕੈਨੇਡਾ ਦਾ ਵੀਜ਼ਾ ਲੈ ਲਓ ਤੇ ਫਿਰ ਕੈਨੇਡਾ ਆ ਜਾਓ, ਫਿਰ ਵੇਖ ਲਿਓ। ਸੋ ਇਹ ਆ ਲੇਕ ਸ਼ੋਰ ਤੇ ਉਹ ਆ ਮੂਰੇ ਟੋਰਾਂਟੋ। ਕਿਹੜਾ ਦੀਦੀ? ਬਰੈਂਪਟਨ ਕਿ ਟੋਰਾਂਟੋ? ਸੀ ਐਨ ਟਾਵਰ ਜਿਹੜਾ ਤੈਨੂੰ ਦਿਖਣਾ ਨੀ, ਥੋੜਾ ਥੋੜਾ ਦਿਖ, ਆਈਫੋਨ ਨੀ ਹੈ ਨਾ। ਉਹ ਆ ਮੇਨ ਸਿਟੀ ਤੇ ਉਹ ਆ ਸੀ ਐਨ ਟਾਵਰ ਤੇ ਆ ਲੇਕ ਸ਼ੋਰ। ਇੱਥੇ ਬਹੁਤ ਸਾਰਾ ਪਾਣੀ ਆ, ਬਹੁਤ ਸੋਹਣਾ ਵਿਊ ਆ ਤੇ ਬਹੁਤ ਠੰਡੀ ਹਵਾ। ਇਸ ਪਾਣੀ ਪਾਣੀ ਆ ਸਾਰੇ ਪੱਥਰ ਆ, ਤੁਸੀਂ ਤੇ ਬੈਠ ਸਕਦੇ ਜੇ ਕਿ ਬਾਹਲਾ ਹੀ ਹਿੰਮਤੀ ਬੰਦਾ ਵਾ, ਮੈਂ ਤਾਂ ਹੈ ਨਹੀਂ ਗੀ। ਤੇ ਉਹਦੇ ਜਹਾਜ਼ ਵੀ ਆਉਂਦਾ ਇੱਥੇ, ਐਂਡ ਉਹ ਸੀ ਐਨ ਟਾਵਰ ਆ ਤੇ ਉਹਦੇ ਕੋਲ ਵੀ ਉਹਦੇ ਜਹਾਜ਼ ਆਉਂਦਾ। ਬਹੁਤ ਐਫਰਟ ਵਾਲੀ ਜਗ੍ਹਾ ਵਾ ਕਿਉਂਕਿ ਬਹੁਤ ਤਰਨਾ ਪੈਂਦਾ, ਬਟ ਬਹੁਤ ਮਜ਼ਾ ਆ ਰਿਹਾ। ਤੇ ਮੈਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਰਿਹਾ ਵੀ ਮੈਂ ਠੀਕ ਨਹੀਂ ਹੋ ਸਕਦੀ ਕਿਉਂਕਿ ਮੈਂ ਪਾਣੀ 'ਚ ਜਾਣਾ। ਪਾਣੀ ਦੀਆਂ ਛੱਲਾਂ ਨੇ ਇਹ ਹੀ ਨਾ, ਮੈਨੂੰ ਇੱਥੇ ਮੈਂ ਜੋ ਛੋਟੀ ਸੀ ਮੇਰਾ ਫੇਵਰੇਟ ਸੌਂਗ ਸੀ ਇੱਕ, ਪਾਣੀ ਦੀਆਂ ਛੱਲਾਂ ਹੋਣ ਤੂੰ ਹੋਵੇ ਮੈਂ ਹੋਵਾਂ। ਸੋ ਉਹਦੇ ਜਹਾਜ਼ ਛੋਟੀ ਸੀ ਮੈਂ ਸੌਂਗ ਬਹੁਤ ਸੁਣਦੀ ਸੀ, ਮੈਨੂੰ ਨਹੀਂ ਸੀ ਪਤਾ ਵੀ ਮੇਰਾ ਗਾਣਾ ਮੈਨੂੰ ਰੀਅਲ ਲਾਈਫ 'ਚ ਗਾਉਣ ਨੂੰ ਮਿਲੇਗਾ ਵੀ ਪਾਣੀ ਦੇ ਕਿਨਾਰੇ ਆ ਕੇ। ਲਾਈਕ ਬਹੁਤ ਸੋਹਣੀ ਪਲੇਸ ਆ, ਅਗਰ ਤੁਸੀਂ ਹੁੰਦੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ, ਬਟ ਟੂ ਬੀ ਆਨੈਸਟ ਮੈਂ ਨਹੀਂ ਕਹਿੰਦਾ ਮੈਨੂੰ ਮਜ਼ਾ ਨਹੀਂ ਆਉਂਦਾ, ਮੈਨੂੰ ਬਹੁਤ ਮਜ਼ਾ ਆ ਗਿਆ। ਮੇਰੀ ਵੀ ਲਾਈਫ 'ਚ ਕਦੇ ਮੌਕਾ ਮਿਲਿਆ ਵੋਕੇਸ਼ਨ 'ਤੇ ਆਵਾਂਗੇ ਤਾਂ ਆਪਾਂ ਇੱਥੇ ਆਵਾਂਗੇ, ਬਹੁਤ ਸੋਹਣੀ ਜਗ੍ਹਾ ਵਾ। ਇੱਥੇ ਬਹੁਤ ਸਾਰੇ ਫਲੋਰ ਬਣਾਏ ਹੋਏ ਆ, ਪੱਥਰ ਪਿਆ, ਫਾਇਰ ਲਾਈ ਸੀ ਕਿਸੇ ਨੇ, ਵਿਊ ਆ ਉਹਦੇ ਛੱਲਾਂ ਨੇ ਤੇ ਇਹ ਰੇਤ ਆ, ਇਹ ਪਾਣੀ ਆ। ਆਈ ਵਾਂਟ ਟੂ ਗੋ, ਕਿੰਨਾ ਸੋਹਣਾ ਲੱਗਦਾ ਪਾਣੀ, ਪੱਥਰ ਵੀ ਦਿਖਦਾ, ਇੰਨਾ ਸਾਫ਼ ਪਾਣੀ ਆ। ਤੇ ਉਹ ਲੇਕ ਆ ਜਿੱਥੋਂ ਇੱਥੇ ਦੀ ਸਿਟੀ 'ਚ ਪਾਣੀ ਜਾਂਦਾ, ਇਹ ਪਾਣੀ ਯੂਜ਼ ਹੁੰਦਾ ਵਾ ਇੱਥੇ ਨੈਚੁਰਲ ਰਿਸੋਰਸਿਸ ਨਹੀਂ ਆ ਤੇ ਇੰਡੀਆ ਵਾਲੇ ਪਾਣੀ ਨਾ ਸੰਭਾਲ ਕੇ ਵਰਤੇ ਕਰੋ ਵੀ, ਆਪਣੇ ਕੋਲ ਤਾਂ ਲੇਕ ਵੀ ਹੈ ਨਹੀਂ। ਬਗਲੇ ਨੇ ਤੇ ਬਹੁਤ ਸਾਰੇ ਸੀ, ਇਹਦੇ ਸੂਰਜ ਵੀ ਢਲੀ ਜਾਂਦਾ, ਐਂਡ ਵਿਊ ਓ ਮਾਈ ਗਾਡ ਮਜ਼ਾ ਆ ਗਿਆ। ਐਂਡ ਉਹ ਟੋਰਾਂਟੋ
ਤੇ ਇਹ ਆ ਲੇਕ ਸ਼ੋਰ ਦਾ ਇੱਕ ਇੰਪੋਰਟੈਂਟ ਪਾਰਟ, ਲਾਈਕ ਇੱਥੇ ਬਹੁਤ ਸਾਰੀ ਬੋਟਸ ਖੜੀਆਂ ਨੇ ਅਤੇ ਇਹ ਲੋਕਾਂ ਦੇ ਲਾਈਕ ਪ੍ਰਾਈਵੇਟਲੀ ਓਨ ਨੇ, ਬਟ ਇਹ ਇੱਥੇ ਖੜਾ ਦਿੰਦੇ ਨੇ ਗੇ ਜਦੋਂ ਵਿੰਟਰ ਆਉਂਦਾ, ਜੋ ਉਹਨਾਂ ਕੋਲ ਘਰ ਪਾਰਕਿੰਗ ਨਹੀਂ ਹੁੰਦੀ ਅਤੇ ਫਿਰ ਇਹਨਾਂ ਨੂੰ ਯੂਜ਼ ਕਰਕੇ ਇਸ ਲੇਕ ਦੇ ਵਿੱਚ ਇੰਜੋਏ ਕਰਦੇ. ਆਲੇ ਦੁਆਲੇ ਸਾਰਾ ਲੇਕ ਸ਼ੋਰ ਏਰੀਆ, ਤੁਸੀਂ ਕਿਤੋਂ ਵੀ ਮਤਲਬ ਜਾ ਕੇ ਅੰਦਰ ਬੈਠ ਸਕਦੇ ਹੋ. ਪਾਣੀ 'ਚ ਬਹੁਤ ਇੰਜੋਏ ਕਰਕੇ ਹੁਣ ਅਸੀਂ ਚੱਲੇ ਹਾਂ ਵਾਪਸ ਘਰ ਨੂੰ, ਅਤੇ ਕੱਲ੍ਹ ਕੋਈ ਨਿਊ ਟ੍ਰਿਪ ਪਲਾਨ ਕਰਾਂਗੇ ਪੋਸੀਬਲ, ਜਿਵੇਂ ਠੀਕ ਹੋ ਗਈ ਅਤੇ ਨਾ ਹੋਈ ਫਿਰ ਵੀ ਮੈਂ ਜਾਊਂਗੀ ਤਾਂ ਜ਼ਰੂਰ, ਕਿਉਂਕਿ ਕੋਈ ਫਾਇਦਾ ਨਹੀਂ ਕਰੇ ਬੈਠਣ ਦਾ. ਓਕੇ ਬਾਏ.